ਪੰਜਾਬੀ ਪੜ੍ਹ ਰਹੇ ਸਾਰੇ ਹੀ ਵਿਦਿਆਰਥੀਆਂ ਦਾ YouTube ਚੈਨਲ Learn with Harwinder ਸਰਵਿਸ ਬਹੁਤ-ਬਹੁਤ ਸਵਾਗਤ ਹੈ ਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਪੁਸਤਕ ਵਿੱਚੋਂ ਪ੍ਰੇਮ ਪ੍ਰਕਾਸ਼ ਦੀ ਕਹਾਣੀ ਮਾੜਾ ਬੰਦਾ ਇਸ ਦੇ ਵਸਤੂनिष्ठ ਪ੍ਰਸ਼ਨ। ਪਿਆਰੇ ਵਿਦਿਆਰਥੀਓ ਕਿ ਇਸ ਵੀਡੀਓ ਵਿੱਚ ਅਸੀਂ ਵਸਤੂनिष्ठ ਪ੍ਰਸ਼ਨ ਕੀਤੇ ਹਨ ਇਸ ਕਰਕੇ ਆਪ ਸਾਰੇ ਵਿਦਿਆਰਥੀ ਪ੍ਰਸ਼ਨਾਂ ਦੇ ਉੱਤਰ ਨਾਲ ਦੀ ਨਾਲ ਦੇਣਾ ਤੇ ਅੰਤ ਵਿੱਚ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ ਕਿ ਆਪ ਸਾਰਿਆਂ ਦੇ ਕਿੰਨੇ ਉੱਤਰ ਠੀਕ ਸਨ ਆਓ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ माड़ा बंदा कहानी माड़ा बंदा कौन है ऑप्शन सर रिक्शे वाला लेखक की पत्नी लेखक या तिना कोई नहीं तो इसका उत्तर है रिक्शे वाला तो इस प्रश्न विद्यार्थियों कन्फ्यूजन होंगे कि रिक्शे वाला आना चाहिए कि तिना कोई नहीं पर इस जो सही उत्तर है जो ठीक उत्तर है वह है रिक्शे वाला अगला प्रश्न है लेखक की पत्नी बेचैन सी क्योंकि ऑप्शन सन रिक्शे वाले ने पैसे भगा मारे सन या दूजी ऑप्शन है उसने ਰਿਕਸ਼ੇ ਵਾਲੇ ਨੂੰ ਤੈਅ ਕੀਤੇ ਪੈਸਿਆਂ ਤੋਂ ਘੱਟ ਪੈਸੇ ਦਿੱਤੇ ਸਨ ਤੇ ਇਸ ਦਾ ਉੱਤਰ ਹੈ ਰਿਕਸ਼ੇ ਵਾਲੇ ਨੇ ਪੈਸੇ ਵਗਾ ਮਾਰੇ ਸਨ ਕਿਉਂਕਿ 2 ਰੁਪਏ ਤੈਅ ਕੀਤੇ ਸੀਗੇ ਪਰ ਰਿਕਸ਼ੇ ਵਾਲਾ ਬਾਅਦ ਵਿੱਚ 3 ਰੁਪਏ ਮੰਗਣ ਲੱਗਾ ਪਰ ਕਿਉਂਕਿ 2 ਰੁਪਏ ਤੈਅ ਕੀਤੇ ਸੀਗੇ ਤੇ ਲੇਖਕ ਦੀ ਪਤਨੀ ਨੇ 2 ਰੁਪਏ ਦਿੱਤੇ ਤੇ ਰਿਕਸ਼ੇ ਵਾਲੇ ਨੇ 2 ਰੁਪਏ ਵਗਾ ਮਾਰੇ ਜਿਸ ਕਾਰਨ ਝਗੜਾ ਹੋਇਆ ਅਗਲਾ ਪ੍ਰਸ਼ਨ ਹੈ ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ ਤੇ ਇਸ ਦਾ ਉੱਤਰ ਹੈ ਜੰਗਲਾਤ ਦੇ ਅਫਸਰ ਆਪਣੀ ਪੂਆ ਦੇ ਪੁੱਤਰ ਨੂੰ अगला प्रश्न है लेखक दी पत्नी दा रिक्शे वाले ਨਾਲ ਝਗੜਾ ਕਿਉਂ ਹੋਇਆ অপਸ਼ਨ ਸਨ ਕਿਉਂਕਿ ਰਿਕਸ਼ੇ ਵਾਲਾ ਤੈ ਕਿਤੇ ਪੈਸੇ ਮੰਗਦਾ ਸੀ ਜਾਂ ਦੂਜੀ অপਸ਼ਨ ਕਿਉਂਕਿ ਰਿਕਸ਼ੇ ਵਾਲਾ ਤੈ ਕਿਤੇ ਪੈਸੇ ਤਾਂ ਵੱਧ ਮੰਗਦਾ ਸੀ ਤੇ ਇਸ ਦਾ ਉੱਤਰ ਹੈ ਦੂਜੀ অপਸ਼ਨ ਕਿਉਂਕਿ ਰਿਕਸ਼ੇ ਵਾਲਾ ਤੈ ਕਿਤੇ ਪੈਸੇ ਤਾਂ ਵੱਧ ਮੰਗਦਾ ਸੀ 2 ਰੁਪਏ ਤੈ ਕਿਤੇ ਗਏ ਸਨ ਤੇ ਰਿਕਸ਼ੇ ਵਾਲਾ 3 ਰੁਪਏ ਦੀ ਮੰਗ ਕਰ ਰਿਹਾ ਸੀ ਅਗਲਾ ਪ੍ਰਸ਼ਨ ਹੈ ਰਿਕਸ਼ੇ ਵਾਲੇ ਨੇ ਪੈਸੇ ਕਿਉਂ ਵਗਾ ਹਮਾਰੇ ਤੇ ਇਸ ਦਾ ਉੱਤਰ ਹੈ 2 ਰੁਪਏ ਦਿੱਤਾ 3 ਰੁਪਏ ਚਾਹਉਣ ਕਾਰਨ ਬਾਰੇ ਵੀ ਦੇਰਤੀਓ ਐਜੇ ਸੀ ਕਿ ਸਾਡੇ ਪੁਸਤਕ ਵਾਲੇ ਸਾਡੇ ਬੁੱਕ ਵਾਲੇ ਕੁਐਸਚਨਸ ਹੁਣ ਅਸੀਂ ਕਰਾਂਗੇ ਕੁਝ ਐਕਸਟਰਾ ਕੁਐਸਚਨਸ ਕੁਝ ਐਕਸਟਰਾ ਵਸਤੂ ਨਿਸ਼ਪ੍ਰੇਸ਼ਨ ਜੋ ਕਿ ਸਾਡੇ ਬੋਰਡ ਦੀ ਪ੍ਰੀਖਿਆ ਵਿੱਚ ਪੁੱਛੇ ਜਾ ਸਕਦੇ ਹਨ ਤੇ ਪ੍ਰਸ਼ਨ ਹੈ ਮਾੜਾ ਬੰਦਾ ਕਹਾਣੀ ਦਾ ਲੇਖਕ ਕੌਣ ਹੈ ਤੇ ਇਸ ਦਾ ਉੱਤਰ ਹੈ ਪ੍ਰੇਮ ਪ੍ਰਕਾਸ਼ ਲੇਖਕ ਦੀ ਪਤਨੀ ਨਿਤਿੰਦਰਪੇ ਕਿੱਥੇ ਦੇਣ ਦੀ ਗੱਲ ਕੀਤੀ ਤੇ ਇਸ ਦਾ ਉੱਤਰ ਹੈ ਪਿੰਗਲਵਾੜੇ ਰਿਕਸ਼ੇ ਵਾਲੇ ਨੇ ਕਿੰਨੇ ਰੁਪਏ ਦੀ ਮੰਗ ਕੀਤੀ ਤੇ ਰਿਕਸ਼ੇ ਵਾਲੇ ਨੇ 3 ਰੁਪਏ ਦੀ ਮੰਗ ਕੀਤੀ ਸੀ ਮਾੜਾ ਬੰਦਾ ਕਹਾਣੀ ਵਿੱਚ ਧਰਮ ਫੋਤੀ ਕੌਣ ਪੜਦਾ ਜਾਂ ਪੜਦੀ ਹੈ ਤੇ ਇਸ ਦਾ ਉੱਤਰ ਹੈ ਲੇਖਕ ਦੀ ਪਤਨੀ ਰਿਕਸ਼ੇ ਵਾਲੇ ਦਾ ਵਕੀਲ ਕੌਣ ਬਣੀ ਬੈਠਾ ਸੀ ਜਾਂ ਬੈਠੀ ਸੀ ਤੇ ਇਸ ਦਾ ਉੱਤਰ ਹੈ ਲੇਖਕ ਦੀ ਪਤਨੀ ਕਹਾਣੀ ਦੇ ਅੰਤ ਵਿੱਚ ਲੇਖਕ ਕਹਤੇ ਉਸ ਦੀ ਪਤਨੀ 50 ਪੈਸੇ ਕਿਸ ਨੂੰ ਦੇਣ ਦੀ ਗੱਲ ਕਰਦੇ ਹਨ ਤੇ ਇਸ ਦਾ ਉੱਤਰ ਹੈ ਅੱਡੇ ਵਾਲੇ ਮੰਗਤੇ ਨੂੰ ਅਗਲਾ ਪ੍ਰਸ਼ਨ ਹੈ ਮਾੜਾ ਬੰਦਾ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਮ ਲਿਖੋ ਤੇ ਇਸ ਵਿੱਚ ਤੁਸੀਂ ਲਿਖ ਸਕਦੇ ਹੋ ਲੇਖਕ ਲੇਖਕ ਦੀ ਪਤਨੀ ਜਾਂ ਰਿਕਸ਼ੇ ਵਾਲਾ ਪਿਆਰੇ ਵਿਦਿਆਰਥੀਓ ਹੁਣ ਆਪਣਾ ਸਕੋਰ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ